ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਬੇਨਤੀ ਹੈ 15 16 17 ਜਨਵਰੀ ਨੂੰ ਪਿੰਡ ਚੁਨਾਗਰਾ ਗੁਰਦੁਆਰਾ ਸਾਹਿਬ ਨੇੜੇ ਪਾਤੜਾਂ ਅਤੇ ਪਿੰਡ ਚੁਨਾਗਰਾ ਦੇ ਵਿੱਚ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਸ ਦੇ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਉਹ ਪਹੁੰਚ ਰਹੇ ਹਨ। ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਸਮਾਗਮ ਦੇ ਵਿੱਚ ਪਹੁੰਚ ਕਰਕੇ ਆਪੋ ਆਪਣੀ ਹਾਜ਼ਰੀਆਂ ਲਵਾ ਕਰਕੇ ਵਡਭਾਗੀ ਬਣਨਾ ਹੈ। 17 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, 10 ਵਜੇ ਦਾ ਸਮਾਂ ਹੈ ਔਰ ਦੀਵਾਨਾਂ ਦਾ ਵੀ ਜਿਹੜਾ ਸਮਾਂ ਹੈ ਉਹ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਹੈ। ਸੋ ਜਿਸ ਵਿੱਚ ਪੰਥ ਦੀਆਂ ਵੱਖੋ ਵੱਖਰੀਆਂ ਮਹਿਨਾਜ ਹਸਤੀਆਂ ਕੌਮ ਦੇ ਮਹਾਨ ਕੀਰਤਨੀਆਂ ਪਹੁੰਚ ਰਹੇ ਹਨ। ਸੋ ਸਰਬੱਤ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਮਾਗਮ ਦੇ ਵਿੱਚ ਪਹੁੰਚ ਕਰਕੇ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਸਮੇਂ ਅਤੇ ਸਵਾਸਾਂ ਤੋਂ ਲਾਹੇ ਪ੍ਰਾਪਤ ਕਰਨੇ ਹਨ। 17 ਜਨਵਰੀ ਦੇ ਅੰਮ੍ਰਿਤ ਸੰਚਾਰ ਹਨ 5 ਪਿਆਰੇ ਸਾਹਿਬਾਨਾਂ ਵੱਲੋਂ। ਸੋ ਜੋ ਵੀ ਅੰਮ੍ਰਿਤ ਵਿਲਾਖੀ ਹਨ ਉਹ ਵੀ ਕੰਟੈਕਟ ਕਰ ਸਕਦੇ ਹਨ। ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਜੀ ਚੁਨਾਗਰਾ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਦੇ ਮੁੱਖ ਸੇਵਾਦਾਰ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੌਡਾ ਸਾਹਿਬ ਵਾਲੇ। ਸੋ ਬੇਨਤੀ ਆ ਪਿੰਡ ਚਨਾਗਰਾ ਜਿੱਥੇ ਕਿ ਬਾਬਾ ਜੀਵਨ ਸਿੰਘ ਜੀ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਸਥਾਨ ਦੇ ਉੱਤੇ 15, 16, 17 ਦੇ 3 ਦੀਵਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਅਤੇ ਹੋਰ ਵੀ ਸੰਤ ਮਹਾਂਪੁਰਸ਼ ਪਹੁੰਚ ਰਹੇ ਨੇ। ਸਮਾਂ 12 ਵਜੇ ਤੋਂ 3 ਵਜੇ ਤੱਕ ਸਰਦਾਸ ਵੀ ਹਾਜ਼ਰੀ ਭਰੇਗਾ। ਸੋ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲਿਆਂ ਦੇ ਜੋ ਦੀਵਾਨ ਜੋ ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਇਹ ਪਾਤੜਾਂ ਦੇ ਨੇੜੇ ਆ ਅਤੇ ਸਭ ਸੰਗਤਾਂ ਨੂੰ ਬੇਨਤੀ ਆ 15, 16, 17 ਨੂੰ 3 ਦਿਨ ਲਾਹੇ ਪ੍ਰਾਪਤ ਕਰੋ। ਸੁਦਾਸ ਵੀ ਪਹੁੰਚੇਗਾ ਅਤੇ ਹੋਰ ਸੰਤ ਮਹਾਂਪੁਰਸ਼ ਵੀ ਪਹੁੰਚ ਰਹੇ ਨੇ। ਗੁਰਬਾਣੀ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸੋ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ 15, 16, 17 ਇਸੇ ਮਹੀਨੇ ਦੀ ਜਨਵਰੀ ਦੇ ਮਹੀਨੇ ਦੀਆਂ ਇਹ ਤਰੀਕਾਂ ਨੇ। ਸੋ ਸਭ ਸੰਗਤਾਂ ਨੇ ਪਿੰਡ ਚਨਾਗਰਾ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦਾ ਸਥਾਨ ਹੈ ਪਿੰਡ ਚੁਨਾਗਰਾ ਵਿਖੇ ਗੁਰਦੁਆਰਾ ਸੰਗਤਸਰ ਸਾਹਿਬ, ਉੱਥੇ ਸਾਲਾਨਾ ਸਮਾਗਮ ਆ ਰਿਹਾ 15 ਜਨਵਰੀ, 16 ਜਨਵਰੀ ਅਤੇ 17 ਜਨਵਰੀ ਦਾ। 15 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਨਾਲ ਹੀ ਕੀਰਤਨ ਸਮਾਗਮ ਗੁਰਮਤਿ ਸਮਾਗਮ ਚੱਲਣਾ ਹੈ, ਜਿਹਦੇ ਵਿੱਚ ਸੰਸਾਰ ਪ੍ਰਸਿੱਧ ਪ੍ਰਚਾਰਕ ਕੌਮ ਦੇ ਨਿਤੜਕ ਜਰਨੈਲ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਉਹਨਾਂ ਨੇ 3 ਦਿਨ ਹਾਜ਼ਰੀ ਭਰਨੀ ਹੈ। ਹੋਰ ਵੀ ਇਲਾਕੇ ਦੇ ਸੰਤ ਮਹਾਂਪੁਰਖ ਹਰ ਜਸ ਕੀਰਤਨ ਕਰਕੇ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ 15, 16, 17 ਜਨਵਰੀ ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚਨਾਗਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।